ਕਤਲ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬੇਵਕੂਫ ਇਨਸਾਨ ਦੇ ਵੱਲੋਂ ਆਪਣੇ ਆਪ ਨੂੰ ਸਿਰਫ ਗੈਂਗਸਟਰ ਅਖਵਾਉਣ ਦੇ ਲਈ ਕਤਲ ਕਰ ਦਿੱਤਾ ਗਿਆ। ਉਹ ਵੀ ਇੱਕ ਨਹੀਂ ਪਿਛਲੇ ਕਈ ਸਾਲਾਂ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਉਹ ਕਤਲ ਕਰ ਚੁੱਕਾ ਹੈ। ਉਹ ਵੀ ਸਿਰਫ ਇਸ ਲਈ ਕਿ ਉਹ ਆਪਣੇ ਆਪ ਨੂੰ ਗੈਂਗਸਟਰ ਖਵਾ ਸਕੇ ਤੇ ਗੈਂਗਸਟਰ ਬਣ ਸਕੇ। ਇਹਨਾਂ ਕਤਲਾਂ ਦਾ ਸਿਲਸਿਲਾ ਪਿਛਲੇ ਕਰੀਬ 11 ਸਾਲਾਂ ਤੋਂ ਚੱਲਿਆ ਆ ਰਿਹਾ ਹੈ, ਜਿਸ 'ਚ ਹੁਣ ਤੱਕ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕੀਤਾ ਗਿਆ। 11 ਸਾਲ ਪਹਿਲਾਂ ਚਾਚੇ ਦਾ ਕਤਲ ਕੀਤਾ ਗਿਆ, ਫਿਰ ਸਾਲ 2020 'ਚ ਪਿਤਾ ਦਾ ਤੇ ਫਿਰ ਹੁਣ ਉਹਨਾਂ ਦੇ ਪੁੱਤ ਦਾ ਕਤਲ ਕੀਤਾ ਗਿਆ। ਮਾਮਲਾ ਰੋਹਤਕ ਦੇ ਚਮਾਰੀਆਂ ਨਾਮ ਦੇ ਪਿੰਡ ਤੋਂ ਸਾਹਮਣੇ ਆਇਆ, ਜਿੱਥੇ ਛੁੱਟੀ 'ਤੇ ਆਏ ਫੌਜੀ ਦਾ ਗੋਲੀਆਂ ਮਾਰ ਕਤਲ ਕੀਤਾ ਗਿਆ। ਮਰਨ ਵਾਲੇ ਦਾ ਨਾਮ ਮੋਹਿਤ ਦੱਸਿਆ ਜਾ ਰਿਹਾ ਹੈ, ਜੋ 3 ਸਾਲ ਬਾਅਦ ਘਰ 1 ਮਹੀਨੇ ਦੀ ਛੁੱਟੀ 'ਤੇ ਆਇਆ ਸੀ ਅਤੇ ਅਜੇ 10 ਦਿਨ ਹੀ ਉਸ ਨੂੰ ਆਏ ਨੂੰ ਹੋਏ ਸੀ। ਮਰਨ ਵਾਲੇ ਦੇ ਭਰਾ ਨੇ ਦੱਸਿਆ ਕਿ ਸਿਰਫ ਆਪਣੇ ਆਪ ਨੂੰ ਗੈਂਗਸਟਰ ਅਖਵਾਉਣ ਦੇ ਲਈ ਸੋਨੀਪਤ ਦੇ ਸੰਦੀਪ ਨਾਮ ਦੇ ਸ਼ਖਸ ਨੇ ਉਹਨਾਂ ਦੇ ਪਰਿਵਾਰ 'ਚੋਂ ਹੁਣ ਤੱਕ 3 ਜੀਆਂ ਦਾ ਕਤਲ ਕਰ ਦਿੱਤਾ ਹੈ। ਹਰ ਵਾਰ ਸੰਦੀਪ ਜ਼ਮਾਨਤ 'ਤੇ ਬਾਹਰ ਆਉਂਦਾ ਹੈ ਅਤੇ ਉਹਨਾਂ ਦੇ ਪਰਿਵਾਰ 'ਚੋਂ ਕਿਸੇ ਨਾ ਕਿਸੇ ਦਾ ਕਤਲ ਕਰ ਦਿੰਦਾ। ਪਰਿਵਾਰ ਨੇ ਦੱਸਿਆ ਕਿ ਮਰਨ ਵਾਲਾ ਫੌਜੀ ਆਪਣੇ ਭਤੀਜੇ ਨੂੰ ਸਕੂਲ ਛੱਡ ਕੇ ਵਾਪਸ ਮੋਟਰਸਾਈਕਲ 'ਤੇ ਘਰ ਆ ਰਿਹਾ ਸੀ। ਸਰਕਾਰੀ ਸਕੂਲ ਪੁੱਜਣ 'ਤੇ ਸੋਨੀਪਤ ਦੇ ਸੰਦੀਪ ਨੇ ਉੱਥੇ ਆਪਣੇ ਦੋ ਸਾਥੀਆਂ ਨਾਲ ਮੋਹਿਤ ਨੂੰ ਘੇਰ ਲਿਆ ਅਤੇ ਉਸਨੇ ਆਉਂਦੇ ਹੀ ਮੋਹਿਤ ਦੀ ਕੰਨਪੱਟੀ 'ਤੇ ਪਿਸਤੌਲ ਲਗਾ ਕੇ ਗੋਲੀ ਮਾਰ ਦਿੱਤੀ। ਇਸ ਦੌਰਾਨ ਸੰਦੀਪ ਨੇ ਦੋ ਗੋਲੀਆਂ ਮੋਹਿਤ 'ਤੇ ਮਾਰੀਆਂ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲੀ ਮਾਰਨ ਮਗਰੋਂ ਸੰਦੀਪ ਮੌਕੇ ਤੋਂ ਫਰਾਰ ਹੋ ਗਿਆ। ਮਰਨ ਵਾਲਾ ਫੌਜੀ ਮੋਹਿਤ ਆਪਣੇ ਪਿਤਾ ਦੇ ਕਤਲ ਦਾ ਮੁੱਖ ਗਵਾਹ ਵੀ ਸੀ ਅਤੇ 10 ਅਗਸਤ ਨੂੰ ਕੋਰਟ 'ਚ ਪੇਸ਼ੀ ਸੀ, ਪਰ ਉਸ ਤੋਂ ਪਹਿਲਾਂ ਹੀ ਸੰਦੀਪ ਦੇ ਵੱਲੋਂ ਕੇਸ 'ਚ ਅਹਿਮ ਗਵਾਹ ਦਾ ਕਤਲ ਕਰ ਦਿੱਤਾ ਗਿਆ। ਪਰਿਵਾਰ ਨੇ ਆਪਣੀ ਜਾਨ ਨੂੰ ਵੀ ਖਤਰਾ ਦੱਸ ਕੇ ਪੁਲਿਸ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਹੈ ਅਤੇ ਕਾਤਲ ਸੰਦੀਪ ਦੇ ਐਨਕਾਊਂਟਰ ਦੀ ਮੰਗ ਕੀਤੀ ਹੈ। ਫਿਲਹਾਲ ਸੰਦੀਪ ਫਰਾਰ ਦੱਸਿਆ ਜਾ ਰਿਹਾ ਹੈ, ਉਸ ਨੂੰ ਫੜਨ ਲਈ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਅਤੇ ਬਾਕੀ ਇਸ ਕ੍ਰਾਈਮ ਅਪਡੇਟ ਨਾਲ ਲੈਣੇ ਹੁਣ ਇਜਾਜ਼ਤ, ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਪੰਜਾਬੀ ਮੂਵੀਜ਼ ਅੱਡਾ ਦੇ ਨਾਲ।